ਇੱਕ ਰਾਤ ਦੀ ਗੱਲ ਐ ਮੈਂ ਗੂੜੀ ਨੀਂਦ ਸੌ ਰਹੀ ਸੀ ਮੈਂ ਮਹਿਸੂਸ ਕੀਤਾ ਕੋਈ ਚੀਜ਼ ਮੇਰੀ ਛਾਤੀ ਤੇ ਦੁਰ ਰਹੀ ਐ ਮੈਂ ਇੱਕਦਮ ਨੀਂਦ ਚੋਂ ਉੱਠੀ ਮੇਰੀ ਕਮੀਜ਼ ਮੇਰੇ ਪਿੰਡੇ ਤੇ ਨਹੀਂ ਸੀ ਕਿਸੇ ਦਾ ਹੱਥ ਮੇਰੀਆਂ ਛਾਤੀਆਂ ਮਸਲ ਰਿਹਾ ਸੀ ਮੈਂ ਡਰਦੀ ਮਾਰੀ ਇੱਕਦਮ ਉੱਠ ਬੈਠੀ ਇਹ ਹੱਥ ਮੇਰੇ ਹਰਾਮੀ ਬਾਪ ਦਾ ਸੀ ਮੇਰੇ ਹਰਾਮੀ ਬਾਪ ਨੂੰ ਇਹ ਹਰਕਤ ਕਰਦਿਆਂ ਇੱਕ ਪਲ ਵੀ ਚੇਤਾ ਨਾ ਆਇਆ ਕਿ ਮੈਂ ਉਹਦੀ ਧੀ ਹਾਂ ਮੇਰੇ ਬਾਪ ਨੇ ਆਪਣੀ ਕਮੀਜ਼ ਵੀ ਉਤਾਰ ਰੱਖੀ ਸੀ ਉਨੇ ਕੱਲਾ ਪਜਾਮਾ ਪਾਇਆ ਹੋਇਆ ਸੀ ਉਹਦੇ ਵਿੱਚੋਂ ਸ਼ਰਾਬ ਦੀ بو ਆ ਰਹੀ ਸੀ ਪਹਿਲਾਂ ਕਦੀ ਵੀ ਇਹ بو ਮੈਨੂੰ ਪੈੜੀ ਨਾ ਲੱਗੀ ਮੈਂ ਡਰਦੀ ਡਰਦੀ ਨੇ ਆਪਣੀ ਕਮੀਜ਼ ਪਾਈ ਮੈਂ ਸਭ ਕੁਝ ਸਮਝ ਰਹੀ ਸੀ ਮੇਰਾ ਬਾਪ ਮੇਰੇ ਨਾਲ ਕੀ ਕਰ ਰਿਹਾ ਸੀ ਪਾਪਾ ਨਾਟਕ ਕਰ ਰਹੇ ਸੀ ਕਿ ਉਹ ਨੀਂਦ ਚ ਨੇ ਬਸ ਆਹੀ ਹੋਣਾ ਬਾਕੀ ਸੀ ਮੇਰੇ ਨਾਲ ਮੇਰੀ ਵੀ ਕੀ ਜ਼ਿੰਦਗੀ ਹੈ ਕਿੱਦਾਂ ਦੇ ਲੇਖ ਲਿਖੇ ਨੇ ਮੇਰੇ ਸ਼ਰਮ ਨਾ ਆਈ ਉਹਨੂੰ ਮੇਰੇ ਇਦਾਂ ਦੇ ਲੇਖ ਲਿਖਣ ਲੱਗਿਆ ਮੈਂ ਸਾਰੀ ਰਾਤ ਰੋ ਰੋ ਕੇ ਰੱਬ ਨੂੰ ਲਾਂਤਾਂ ਪਾਉਂਦੀ ਥੀ ਮੈਂ ਕੀ ਮਾਰਾ ਕੀਤਾ ਸੀ ਕਿਸੇ ਦਾ ਮੇਰਾ ਕਿਉਂ ਵੈਰੀ ਬਣਿਆ ਮੇਰੇ ਲਈ ਤਾਂ ਰੱਬ ਹੈ ਹੀ ਨਹੀਂ ਸੀ ਫਗਰ ਹੁੰਦਾ ਤਾਂ ਆਪਣੀ ਬੱਚੀ ਨਾਲ ਆ ਜ਼ੁਲਮ ਨਾ ਹੋਣ ਦਿੰਦਾ ਇਹ ਤਾਂ ਕਹਿਰ ਸੀ ਮੇਰੇ ਨਾਲੋਂ ਅਪਾਗਣ ਕੌਣ ਹੋ ਸਕਤੀ ਏ ਜਿਹਦਾ ਬਾਪ ਇੱਕ ਖਸਮ ਬਣਨ ਨੂੰ ਫਿਰਦਾ ਹੋਵੇ ਆਪਣੇ ਅੰਦਰ ਲੱਗੀ ਕਾਮ ਦੀ ਅਗ ਨੂੰ ਮੇਰੇ ਕੱਚੇ ਲਹੂ ਨਾਲ ਬਚਾਉਣੀ ਚਾਹੁੰਦਾ ਸੀ ਬਾਪ ਆਪਣੀ ਧੀ ਨੂੰ ਉਪਰੀਆਂ ਨਜ਼ਰਾਂ ਤੋਂ ਬਚਾ ਕੇ ਰੱਖਦਾ ਪਰ ਮੇਰੇ ਤੇ ਮੇਰਾ ਬਾਪ ਹੀ ਉਪਰੀ ਨਿਗਾਹ ਰੱਖੀ ਬੈਠਾ ਸੀ ਇਹ ਤਾਂ ਹੱਦ ਹੋ ਗਈ ਮੈਂ ਤਾਂ ਕਦੀ ਨਹੀਂ ਸੁਣਿਆ ਸੀ ਕਿ ਇੱਕ ਬਾਪ ਆਪਣੀ ਬੇਟੀ ਦੀ ਇੱਜ਼ਤ ਨੂੰ ਆਪਣੇ ਪੈਰਾਂ 'ਚ ਰੋਲਦਾ ਹੋਵੇ। ਮੇਰੇ ਦਿਮਾਗ 'ਚ ਇੱਕ ਗੱਲ ਵਾਰ-ਵਾਰ ਆ ਰਹੀ ਸੀ। ਕੀ ਪਤਾ ਇਹ ਹਰ ਰੋਜ਼ ਹੁੰਦਾ ਹੋਵੇ। ਕਿਉਂਕਿ ਸੌਂਦੀ ਤਾਂ ਮੈਂ ਪਾਪਾ ਨਾਲੀ ਸੀ। ਕੀ ਪਤਾ ਇਸ ਕਮੀਨੇ ਦਾ ਹਰ ਰੋਜ਼ ਮੇਰੇ ਨਾਲ ਕਹਿੰਦੇ ਕੁੜੀਆਂ ਤਾਂ ਸੁੱਤੀਆਂ ਪਈਆਂ ਵਾਧੀਆਂ ਨੇ ਪਰ ਮੇਰਾ ਵਧਣ ਦਾ ਕਾਰਨ ਬੜਾ ਜ਼ਿਲਤ ਭਰਿਆ ਸੀ। ਮਾਂ ਦੀ ਨਫ਼ਰਤ ਪਿਓ ਦੀਆਂ ਜਲੀਲ ਹਰਕਤਾਂ ਅੱਗੇ ਫਿੱਕੀ ਪੈ ਗਈ ਸੀ। ਮੈਂ ਤਾਂ ਮਾਂ ਦੀ ਨਫ਼ਰਤ ਨੂੰ ਪਹਾੜ ਬਣਾਇਆ ਹੋਇਆ ਸੀ ਪਰ ਅਸਲੀ ਪਹਾੜ ਨਾਲ ਤਾਂ ਹੁਣ ਵਾਪਿਆ ਸੀ ਮੈਂ ਸੋਚਿਆ ਇਹ ਗੱਲ ਕਿਸੇ ਨੂੰ ਦੱਸਾਂ ਪਰ ਦੱਸਦੀ ਕਿਹਦੇ ਕੋਲ ਮੇਰੀ ਤਾਂ ਕੋਈ ਸੁਣਨ ਵਾਲਾ ਵੀ ਨਹੀਂ ਸੀ ਆਖਿਰ ਇਸ ਗੱਲ ਨੂੰ ਮੈਂ ਆਪਣੇ ਅੰਦਰ ਹੀ ਦਫਨ ਕਰ ਲਿਆ ਅਗਰ ਇਸ ਗੱਲ ਦਾ ਮਾਂ ਨੂੰ ਪਤਾ ਲੱਗ ਜਾਂਦਾ ਤਾਂ ਉਹਨੇ ਬਹੁਤ ਡਰਾਮਾ ਕਰਨਾ ਸੀ ਮੈਨੂੰ ਕੁੱਟਣਾ ਵੀ ਬਹੁਤ ਸੀ ਡਰ ਦੀ ਮਾਰ ਹੀ ਨੇ ਮੈਂ ਕਿਸੇ ਕੋਲ ਇਸ ਗੱਲ ਦੀ ਭਾਵਨਾ ਕੱਢੀ ਮੇਰੀ ਚੁੱਪ ਕਰਕੇ ਮੇਰੇ ਬਾਪ ਦਾ ਹੌਸਲਾ ਹੋਰ ਵਧ ਗਿਆ ਉਹਨੂੰ ਜਦੋਂ ਵੀ ਮੌਕਾ ਮਿਲਦਾ ਮੇਰੇ ਨਾਲ ਅਜੀਬ ਅਜੀਬ ਹਰਕਤਾਂ ਕਰਦਾ ਕਦੇ ਮੇਰੀਆਂ ਛਾਤੀਆਂ ਨੂੰ ਹੱਥ ਲਾਉਂਦਾ ਕਦੇ ਮੈਨੂੰ ਜ਼ਬਰਦਸਤੀ ਚੁੰਮਦਾ ਮੈਂ ਰੋਣ ਲੱਗ ਜਾਂਦੀ ਫਿਰ ਮੈਨੂੰ ਛੱਡ ਦਿੰਦਾ ਮੇਰੇ ਬਾਪ ਦਾ ਹੱਥ ਖੁੱਲ ਚੁੱਕਿਆ ਸੀ ਉਹਨੂੰ ਪਤਾ ਸੀ ਮੈਂ ਕਿਸੇ ਕੋਲ ਗੱਲ ਨਹੀਂ ਕਰਦੀ ਮੈਂ ਕਿਸ ਨਾਲ ਗੱਲ ਕਰਦੀ ਮੇਰੀ ਕੋਈ ਸੁਣਨ ਵਾਲਾ ਹੀ ਨਹੀਂ ਸੀ ਮੈਨੂੰ ਹੁਣ ਤੱਕ ਇਹੀ ਲੱਗਦਾ ਰਿਹਾ ਕਿ ਮੇਰੇ ਪਾਪਾ ਮੈਨੂੰ ਪਿਆਰ ਕਰਦੇ ਨੇ ਪਰ ਇਹ ਤਾਂ ਪਿਆਰ ਦਾ ਕੋਈ ਹੋਰ ਹੀ ਰੂਪ ਸੀ ਮੈਨੂੰ ਹਰ ਸਮੇਂ ਉਹਦੀਆਂ ਅੱਖਾਂ 'ਚ ਕਾਮ ਨਜ਼ਰ ਆਉਂਦਾ ਉਹਦੀ ਕਮੀਨੇਪਨ ਵਾਲੀ ਹਾਸੇ ਤੋਂ ਮੈਨੂੰ ਨਫ਼ਰਤ ਈ ਹੋ ਗਈ ਸੀ ਮੈਨੂੰ ਇੰਜ ਲੱਗਦਾ ਇਹ ਤੈਂਤ ਮੈਨੂੰ ਕਿਸੇ ਦਿਨ ਖਾ ਜਾਵੇਗਾ ਜਿੰਨਾ ਹੋ ਸਕਦਾ ਮੈਂ ਪਾਪਾ ਤੋਂ ਬਚ ਕੇ ਰਹਿੰਦੀ ਘਰ ਜਦੋਂ ਕੋਈ ਨਾ ਹੁੰਦਾ ਮੈਂ ਚਾਚੇ ਘਰ ਚਲੀ ਜਾਂਦੀ ਜਦੋਂ ਮਾਂ ਘਰ ਹੁੰਦੀ ਮੈਂ ਉਦੋਂ ਹੀ ਆਉਂਦੀ ਮਾਂ ਹੁਣ ਵੀ ਪਹਿਲਾਂ ਵਾਂਗ ਹੀ ਨਫ਼ਰਤ ਕਰਦੀ ਸੀ ਪਰ ਮੈਨੂੰ ਹੁਣ ਉਹਦੇ ਤੋਂ ਡਰ ਨਾ ਲੱਗਦਾ ਮਾਂ ਦਾ ਮੈਨੂੰ ਆਸਰਾ ਹੋਣ ਲੱਗ ਗਿਆ ਅਜੀਬ ਜ਼ਿੰਦਗੀ ਕਦੇ ਕਿਸੇ ਤੋਂ ਬਚੋ ਕਦੇ ਕਿਸੇ ਤੋਂ ਕਿਉਂ ਨਹੀਂ ਅਸੀਂ ਆਜ਼ਾਦੀ ਨਾਲ ਰਹਿ ਸਕਦੀਆਂ ਮੈਨੂੰ ਆਪਣੇ ਅੰਦਰ ਸਿਵਾਏ ਹਨੇਰੇ ਤੋਂ ਕੁਝ ਨਾ ਦਿਖਦਾ ਉਸ ਹਨੇਰੇ 'ਚ ਕੱਲੀ ਮੈਂ ਤੇ ਮੇਰੇ ਦੁੱਖ ਆਪਣੇ ਦੁੱਖਾਂ ਤਕਲੀਫਾਂ ਨੂੰ ਨਾਪਦੀ ਤੇ ਦੇਖਦੀ ਕਿਹੜਾ ਇੱਕ ਦੂਜੇ ਨਾਲੋਂ ਵੱਡਾ ਹੈ ਪਾਪਾ ਦੀਆਂ ਹਰਕਤਾਂ ਮੈਨੂੰ ਜ਼ਿਆਦਾ ਦੁੱਖ ਦਿੰਦੀਆਂ ਕਦੇ-ਕਦੇ ਮੇਰੇ ਅੰਦਰਲੇ ਹਨੇਰੇ 'ਚ ਕੋਈ ਆਸਾਂ ਉਮੀਦਾਂ ਵਾਲਾ ਦੀਪ ਜਗਦਾ ਮੇਰਾ ਬਾਪ ਮਾਂ ਤੇ ਭਰਾ ਉਹਨੂੰ ਫੂਕਾ ਮਾਰ ਕੇ ਬੁਝਾ ਦਿੰਦੇ ਮੈਂ ਟੁੱਟ ਜਾਂਦੀ ਤੇ ਸਮਝਦੀ ਕਿ ਮੈਂ ਇਨਾਂ ਦੁੱਖਾਂ ਦੀ ਹੀ ਕੁੜੀ ਹਾਂ ਇਸੇ ਕਰਕੇ ਤਾਂ ਇਨਾਂ ਨਾਲੋਂ ਮੇਰਾ ਖਹਿੜਾ ਨਹੀਂ ਛੁੱਟਦਾ ਖੁਸ਼ੀ ਚਾ ਕਿੰਨੇ ਸੋਹਣੇ ਸ਼ਬਦ ਨੇ ਪਰ ਮੈਨੂੰ ਹੁਣ ਇਹ ਉਪਰੇ ਚ ਲੱਗਦੇ ਨੇ ਮੈਨੂੰ ਲੱਗਦਾ ਮੇਰਾ ਇਹਨਾਂ ਨਾਲ ਰਿਸ਼ਤਾ ਟੁੱਟ ਚੁੱਕਿਆ ਹੈ ਸ਼ਾਇਦ ਇਹ ਸਭ ਚੀਜ਼ਾਂ ਮੇਰੇ ਲਈ ਨਹੀਂ ਬਣੀਆਂ ਮੇਰੀ ਦੋਸਤੀ ਤਾਂ ਹੰਝੂਆਂ ਹੋਂਕਿਆਂ ਨਾਲ ਹੈ ਤੇ ਅਠੇ ਪਹਿਰ ਇਹੀ ਮੇਰੇ ਸੰਗੀ ਨੇ ਕਰਮਜੀਤ ਆਂਟੀ ਨੂੰ ਮਾਂ ਨੇ ਪਾਪਾ ਦੀਆਂ ਕਰਤੂਤਾਂ ਕਰਕੇ ਘਰੋਂ ਕੱਢਿਆ ਆਂਟੀ ਦੇ ਘਰ ਵਾਲਾ ਸ਼ਰਾਬਦਾਰ ਦੀ ਸੀ ਘਰ ਦੀ ਸ਼ਰਾਬ ਕੱਢਦਾ ਤੇ ਤਤੀ ਤਤੀ ਪੀ ਜਾਂਦਾ ਜ਼ਿਆਦਾ ਸ਼ਰਾਬ ਪੀਣ ਕਰਕੇ ਉਹਦੇ ਲੀਵਰ 'ਚ ਨੁਕਸ ਪੈ ਗਿਆ ਜਿਸ ਕਾਰਨ ਉਹਦੀ ਮੌਤ ਹੋ ਗਈ ਮੌਤ ਹੋਣ ਤੋਂ ਪਹਿਲਾਂ ਉਹਦਾ ਇਲਾਜ ਕਾਫੀ ਸਮਾਂ ਚੱਲਦਾ ਰਿਹਾ ਆਂਟੀ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਜਿਹੜੇ ਪੈਸੇ ਕਮਾਉਂਦੀ ਉਹਦੇ ਨਾਲ ਉਹਦੇ ਘਰ ਦਾ ਖਰਚ ਮਸਾਂ ਚੱਲਦਾ ਦਵਾਈਆਂ ਦਾ ਖਰਚਾ ਚਲਾਉਣਾ ਉਹਦੇ ਵਾਸਤ ਨਹੀਂ ਸੀ ਆਂਟੀ ਦੀ ਹਾਲਤ ਬਹੁਤ ਮਾੜੀ ਸੀ ਪਾਪਾ ਨੂੰ ਇਸ ਗੱਲ ਦੀ ਪਿੰਕ ਪਈ ਉਹਨੇ ਆਪਣੀ ਚਾਲ ਚੱਲੀ ਪਾਪਾ ਕਰਮਜੀਤ ਆਂਟੀ ਦੇ ਦੁੱਖ ਸੁੱਖ ਸੁਣਦਾ ਤੇ ਉਹਦੇ ਨਾਲ ਝੂਠੀ ਹਮਦਰਦੀ ਕਰਦਾ ਕਰਮਜੀਤ ਨੂੰ ਇਦਾਂ ਲੱਗਣ ਲੱਗ ਗਿਆ ਕਿ ਉਹਦੇ ਤੋਂ ਬਿਨਾਂ ਉਹਦਾ ਕੋਈ ਹੈ ਹੀ ਨਹੀਂ ਜੋ ਉਸਤਾ ਪਲਾ ਸੋਚਦਾ ਹੋਵੇ ਇਸ ਪੂਰੀ ਕਿਤਾਬ ਦਾ ਆਨੰਦ ਮਾਣਨ ਲਈ ਅੱਜ ਹੀ ਡਾਊਨਲੋਡ ਕਰੋ ਵਿਰਾਸਤ ਮੋਬਾਈਲ ਐਪਲੀਕੇਸ਼ਨ